ईहोया पप्पू कालिए ने फड़िया सी पप्पू तेरा फड़ा मलका का फंक्शन मैं करने मलका का चिट्टा चिट्टा सूट काला रंग लगता दही च कहां दिखा पट्टी पढ़ लांगे मैं कहना जियो ते पट्टी पढ़ना पट्टी करा जिथे जिथे होनी तो वीडियो बनाने काशफ टिप टॉप आला है हाँ जी आसम साहब आला लोग इधर बैठो माशाल्लाह लगता है पांडगी आए मेरे रब्बा ਮੈਂ ਬੋਲੀ ਟੇਸ਼ਨ ਦੇ ਚਾਰ ਤੇ ਨਹੀਂ ਵੇਚਦੀ ਰਹੀ ਮੇਰਾ ਖਿਆਲ ਕਿ ਪਹਿਲਾ ਗਾਹ ਤੂੰ ਹੀ ਸੀ ਜਿਸ ਤਰ੍ਹਾਂ ਤੂੰ ਬੋਲਣ ਡਈ ਆ ਨਾ ਤੂੰ ਇੱਕ ਫੰਕਸ਼ਨ ਰਾਣਿਆਂ ਦਾ ਕੀਤਾ ਹੋਵੇ ਤੈਨੂੰ ਲੱਗ ਪਤਾ ਜਾਏ ਲੈ ਮੇਰੇ ਅੱਗੋਂ ਕਈ ਫੰਕਸ਼ਨ ਟੱਪੇ ਪਏ ਨੇ ਲੈ ਟੱਪੇ ਪਏ ਨੇ ਪਾਗਲ ਦੀ ਪੁੱਤਰੇ ਵੱਡੇ ਰਾਣਾ ਸਾਹਿਬ ਨਾ ਦੱਸੋ ਦਾਦੀ 100 ਦਾ ਨੋਟ ਮੂੰਹ ਚ ਰੱਖ ਕੇ ਮੈਨੂੰ ਕਹਿੰਦੇ ਇਹ ਬੁੱਢੀਏ ਤਵਾਫੇ ਜ਼ਰਾ ਮੇਰੇ ਮੂੰਹ ਚ ਨੋਟ ਫੜ जो राणा साहब तेन ट्रैक्टर के पिछे लैके गए ने उदो वाह वाह तू कह रहे या राणा साहब कह रहे सन राणा साहब की वाह वाह ਲਾਣ ਕਰੇਗੀ ਲੱਖਾਂ ਚ ਬੜਾ ਸਸਤਾ ਜਿਹਨੇ ਜਿਹਨੇ ਲੈਣਾ ਜਲਦੀ ਜਲਦੀ ਆ ਕੇ ਫਿਰ ਲੱਕੜਾ ਮੇਰੇ ਪੈਰ ਦੀ ਜ਼ਮੀਨ ਤੇ ਲੱਗ ਦੇ ਹਾਏ ਮੈਡਮ ਜੀ ਮੈਂ ਤੁਹਾਡਾ ਸਿਰ ਦਬਾ ਦੇਵਾਂ ਨਹੀਂ ਮੇਰੀਆਂ ਪੈਰੀਆਂ ਨਾ ਤੇ ਨਾ ਦਬਾਈ ਤੂੰ ਤੇ ਗੜਾ ਕੁੱਟ ਦਿੰਨੀ ਹੁੰਨੇ ਆ ਹਾਏ ਹਾਏ ਉਸਤਾਦ ਜੀ ਹਾਏ ਮੈਂ ਤਨ ਕੀ ਦੱਸ ਮੈਂ ਕਹਿੰਨੀ ਆ ਕੁੜੀਆਂ ਦੇ ਸਿਰ ਹੀ ਪਾਵੇ ਭੁੰਡ ਕੇ ਵੇਖ ਲਵੋ ਮੈਂ ਕਹਿੰਨਾ ਛੱਡ ਦੇ ਜਿਵੇਂ ਮੈਂ ਆਪਣੀਆਂ ਬੱਚੀਆਂ ਲੈ ਕੇ ਜਿਵੇਂ ਮੈਂ 29 ਖੱਤਰੀ ਬੱਚੀਆਂ ਲੈ ਕੇ ਲਾਹੌਰ ਅਪੜੀਆਂ ਮੈਂ ਜਾਣਦੀ ਆ ਮੇਰਾ ਰੱਬ ਜਾਣਦਾ ਕਿਵੇਂ ਪਹੁੰਚੇ ਮੈਂ ਕੈਲੰਡਰ ਨੂੰ ਚੁੰਮੀਆਂ ਦਿੰਦੀ ਇੱਥੋਂ ਤੱਕ ਆਈਆਂ ਉਤੋਂ ਕੈਲੰਡਰ ਵੀ ਨਿਊ ਖਾਣਾ ਹਾਏ ਹਾਏ ਨਿਊ ਵੀ ਨਹੀਂ ਸੀ ਕੱਲਾ ਖਾਂ ਹੀ ਸੀ
ਇਸ ਗੱਲ ਦਾ ਉਸਤਾਦ ਜੀ ਸਿਰਫ ਤੁਹਾਨੂੰ ਹੀ ਪਤਾ ਲੱਗਾ ਮੈਨੂੰ ਵੀ ਨਹੀਂ ਸੀ ਪਤਾ ਲੱਗਣਾ ਜੇ ਵਾਹ ਰੇ ਵਾਹ ਨਾ ਕਰਦਾ ਤੇ ਆਏ ਮੈਂ ਮਰ ਗਈ ਉਸਤਾਦ ਜੀ ਤੁਸੀਂ ਨਾ ਰੋਵੋ ਹੁਣ ਕੀ ਕਰਾਂਗੇ ਮੈਡਮ ਸਵੀਟੋ ਕੁਝ ਨਹੀਂ ਹੋਣਾ ਮੈਡਮ ਨੇ ਮਸ਼ੂਕ ਵੀ ਜਿਹੜੇ ਵੇਖ ਲੈਣਾ ਹਾਏ ਵੇ ਕੀ ਇਹਦਾ ਮਸ਼ੂਕਾ ਵਿਚਾਰਿਆਂ ਨੂੰ ਉਥੋਂ ਵੇਚਣ ਵਾਲੇ ਥੋਂ ਵੇਚਣ ਮੈਂ ਕਹਿੰਦੀ ਤੁਸੀਂ ਮੈਨੂੰ ਕੱਲੇ ਇੱਥੇ ਛੱਡ ਦਿਓ ਤੁਹਾਡੀ ਗੁਰਬਾ ਦੂਰ ਨਾ ਨਾ ਹੋਵੇ ਤੇ ਫੇਰ ਕਹਣਾ ਮੈਂ ਆਪਣੇ ਪੈਰ ਮਾਰੀ ਨਹੀਂ ਜ਼ਮੀਨ ਤੇ ਲਾਣੀ ਨਹੀਂ ਮਰੇ ਨਹੀਂ ਮਰੇ ਨਹੀਂ ਪੱਤੋ ਕੀ ਦੀ ਨਿਊਜ਼ ਕਾਸਟ ਰੇ ਰੋਜ਼ਾ ਇੱਥੇ ਮਾਸ਼ ਵੀ ਨਾ ਆਇਆ ਆਪਣਾ ਭਾਈ ਜਾਨ ਆ ਬੀਬੀ ਨੇ ਮੇਰਾ ਵਾਦਾ ਕੀਤਾ ਸੀ ਕਿ ਅਬੀ ਹੋਵੇ ਨਬੀ ਤੇ ਮੈਂ ਮੁਜਰਾ ਜ਼ਰੂਰ ਖਾਵਾਂਗੀ ਅੱਛਾ ਜੀ ਮੈਂ ਆਪਣੇ ਪਿਓ ਦੀ ਲਾਸ਼ ਛੱਡ ਕੇ ਆਇਆ ਹਾਂ ਓ ਤੇਰੇ ਵਫਾਦਾਰ ਤਮਾਸ਼ਬੀਨ ਦੇ ਸਦਕੇ ਓਏ ਮੈਂ ਕਿ ਯਾਰ ਅੱਬੇ ਤੇ ਰੋਜ਼ ਮਰਦੇ ਨੇ ਮੁਜਰਾ ਤੇ ਕਦੇ ਕਦੇ ਹੋਣਾ ਦੱਸੋ ਯਾਰ ਉਹਨੇ ਪਿਓ ਨੂੰ ਬਰਫ਼ ਨਹੀਂ ਲਾਈ ਕੰਜਰਾਂ ਨੂੰ ਪੈਸੇ ਲਾਣ ਆ ਗਿਆ ਵਾਹ ਰੇ ਵਾਹ ਇਹ ਤੇਰਾ ਪਿਓ ਮਰ ਗਿਆ ਹਾਂਜੀ ਮਰ ਗਿਆ ਜੀ ਓਏ ਸਾਰੇ ਦੁਆ ਕਰੋ ਇਹਦੇ ਪਿਓ ਲਈ ਸਹੀ ਗੱਲ ਦੁਆ ਕਰ ਲੋ ਹਾਂ ਜੱਫੀ ਕੁੱਟ ਕੇ ਜੇ ਪਾਵੇਂ ਇੱਕ ਵਾਰ ਗੁਜਰਾ ਜੱਫੀ ਕੁੜ ਕੇ ਜੇ ਪਾਵੇਂ ਇੱਕ ਵਾਰ ਗੁਜਰਾ ਮੰਜੀ ਇੱਕ ਜਵਾਨੀ ਐ ਦੋ ਕਠਿਆ ਸੌਣਾ ਪਿਆ ਮੇਰੀ ਫੁੱਲਾਂ ਵਾਲੀ ਕੁੜਤੀ ਹੋਈ ਬੱਕੀਆਂ ਤੋਂ ਤੰਗ ਵੇ ਮੈਂ ਕਾਲਾ ਚੋਲਾ ਪਾਇਆ ਤੇਰੀ ਫਰਮਾਇਸ਼ ਤੇ ਇਹ ਬਬਲੂ ਪਾ ਬਬਲੂ ਪਾ ਬਬਲੂ ਪਾ ਬਬਲੂ ਪਾ ਬਬਲੂ ਪਾ ਉਹ ਤੋਂ ਤਿੰਨ ਚਾਰ ਵਾਰੀ ਫੇਰ ਬਬਲੂ ਪਾ ਇਹਨਾਂ ਸਾਰਿਆਂ ਗਾਣੇ ਦਾ ਸਵਾਬ ਮਰਹੂਮ ਦੀ ਰੂਹ ਨੂੰ ਹੋਵੇ ਆ ਬਗੈਰ ਤੋਂ ਦੱਸ ਕਰਾਂ ਮੇਰਾ ਪਿਓ ਉੱਠ ਪਿਆ ਹੋਣਾ ਜੇ ਨਹੀਂ ਜਿੰਨੀ ਉਹਦੇ ਨਾਲ ਹੋਈ ਉੱਠਣ ਜੋਗਾ